ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਚਾਰ ਜਾਨਵਰ ਦਿਖਾਵਾਂਗੇ। ਇੱਕ ਖੜੀ ਹੈ ਜਰਸੀ ਜਿੰਦ ਜਾਨ ਵਾਲੀ ਓਰੀਜਨਲ ਪੰਜਾਬ ਵਾਲੀ ਮੂੰਹੋਂ ਖੀਰੀ, ਬਿਲਕੁਲ ਇਹਦੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਬਾਅਦ 'ਚੋਂ, ਪਹਿਲਾਂ ਇਹਨਾਂ ਬਾਰੇ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਭਾਅ ਜੀ। ਨਾਮ ਐਡਰੈਸ ਦੱਸਿਓ ਆਪਣਾ ਜੀ। ਮੋਬਾਈਲ ਨੰਬਰ ਆਪਣਾ 84278 4242 52। ਅਤੇ ਭਾਅ ਜੀ ਪਹਿਲੇ ਨੰਬਰ ਆਪਾਂ ਜਿਹੜੀ ਬੈਠ ਦੇਖੀ ਜਾਂਦੇ, ਕਿਹੜਾ ਸੂਆ ਸੁਣਦੀ ਹੈ ਜੀ? ਓਰੀਜਨਲ ਤੀਜਾ ਸੂਆ। ਅਤੇ ਦਿਨ ਕਿਆ ਕੁ ਲੈਂਦੇ ਸੂਣ ਦੇ ਜੀ? 10 ਦਿਨ ਅਜੇ ਇਹਦੇ ਸੂਣ 'ਚ ਬਾਕੀ ਪਏ ਆ। ਅਤੇ ਮਾਲਕ ਨੇ ਆਪਾਂ ਨੂੰ ਦੁੱਧ ਦੱਸਿਆ ਹੋਣਾ ਵੀ ਦੂਜੇ ਸੂਏ ਕਿੰਨਾ ਕੁ ਭਾਂਡੇ 'ਚ ਪਾਇਆ ਨੇ? 25 ਕਿਲੋ ਐਤਕੀ ਤੀਜੇ ਸੂਏ ਨਾੜ ਨੂੜਾ ਬੈਠ ਚੰਗੀ ਤਿਆਰ ਹੋ ਗਈ, ਆਪਾਂ ਅੰਦਾਜ਼ਾ ਕਿੰਨਾ ਕੁ ਲਾ ਸਕਦੇ ਹਾਂ? 25 ਤੋਂ ਪਾਰ ਵਾਲਾ ਤਾਂ ਕੰਮ ਥੱਲੇ ਤਾਂ ਹੈ ਹੀ ਨਹੀਂ, ਕੰਮ ਬਾਹਰ ਹੀ ਆ। ਸੋ ਠੀਕ ਆ ਗੱਲ। ਅਤੇ ਦਿਨ ਹਫ਼ਤਾ ਬਾਕੀ ਹੈ ਨਾ, ਅਤੇ ਨਾੜਾ ਨੂੜਾ ਬਹੁਤ ਚੰਗੇ ਰੋਕੀ ਮਾੜਾ ਜਿਹਨੂੰ। ਸੋ ਫਿਰ ਉਹ ਨਾੜਾ ਵਗੈਰਾ ਦੇਖੋ, ਜਿਵੇਂ ਨਾੜਾ ਦੇਖ ਕੇ ਕਹਿ ਇਹਨੂੰ ਵੀਰ ਕਹਿੰਦਾ 30 ਕਹਿੰਦੇ, ਕਿਉਂਕਿ ਵਪਾਰ ਦਾ ਕੰਮ ਆ, ਕਹਿੰਦਾ ਲੰਬੇ ਚੱਲਣਾ ਵੀ ਸਲੋਹ ਨਹੀਂ ਚੱਲਣਾ, ਕਿਉਂਕਿ ਲੰਬਾ ਟਾਈਮ ਜਦੋਂ ਕੰਮ ਚਲਾਉਣਾ ਹੋਵੇ ਤਾਂ 25 ਵਾਲੀਆਂ 40-40 ਕਹਿ ਕੇ ਕਦੇ ਵੇਖਦੀਆਂ ਹੁੰਦੀਆਂ, ਅਤੇ ਰੋਜ਼ ਨਹੀਂ। ਬਾਕੀ ਨਾੜਾ ਨੂੜਾ ਦੇਖੋ ਗੁੰਦੀ ਪਈ ਆ, ਜਿਹੜੇ ਹਿਸਾਬ ਨਾਲ ਬਾਡੀ ਬਣ ਤਰ੍ਹਾਂ ਗਵਾਹੀ ਇਹ ਗੱਲਾਂ ਦੇ ਵਿੱਚ 30 ਵਾਲੀ ਵੀ ਭਰਦੀ ਸੀ, ਪਰ ਵੀਰ ਕਹਿੰਦਾ ਜਿੰਨੀ ਕੁ ਗੱਲ ਆ ਜੈਨੂਅਨ ਹੀ ਕਰਨੀ ਆ, ਕਹਿੰਦਾ 25 ਕਿਲੋ ਦੁੱਧ ਕਹਿ ਕੇ ਆਪਾਂ ਬੈਠ ਦੇਣੀ ਆ। ਮੂੰਹ ਮੱਥਾ ਦੇਖੋ, ਫੇਸ ਕੁਆਲਿਟੀ, ਜਾਤ ਬਰੀਡ, ਜੈਨੂਅਨ ਤੀਜਾ ਸੁਆ ਹੁੰਦੀ ਪਈ ਆ। ਸੋ ਨਾੜਾ ਦੇਖੋ ਜਮਾਂ ਕਿਆ ਬਾਤ ਆ, ਭਾਰਤ ਦਾ ਨਕਸ਼ਾ ਬਣਿਆ ਪਿਆ ਥੱਲੇ, ਜਮਾਂ ਥਣ ਲੇਵੇ ਦੀ ਪੂਰੀ ਸੋਹਣੀ ਸਾਫ਼ ਸੁਥਰੀ ਹੈ, ਕਿਸੇ ਪਾਸੇ ਹੱਥ ਤਰ੍ਹਾਂ ਨਹੀਂ। ਜੇ ਕਿਸੇ ਵੀਰ ਨੇ ਬਰੀਡ ਦੇ ਕੰਮ ਤਿਆਰ ਕਰਨਾ, ਇਹ ਤੋਂ ਆਪਾਂ ਜਿਹੋ ਜਿਹੀ ਮਰਜ਼ੀ ਬਰੀਡ ਲੈ ਸਕਦੇ ਹਾਂ, ਅਤੇ ਦੂਜੇ ਪਾਸੇ ਵੀ ਆਪਾਂ ਨਾੜਾ ਦਿਖਾ ਦਈਏ। ਸੋ ਇੱਕ ਪਾਸੇ ਦੋਨੇ ਪਾਸੇ ਥਣ ਚਾਹੇ ਹੱਥੀ ਚੁਆਈ ਕਰ ਲਈਏ ਮੁੱਠੀ ਵਾਲਾ, ਅਤੇ ਮਿਲਕ ਵੇਨ ਵਗੈਰਾ ਦੇਖੋ ਥੱਲੇ ਸਾਫ਼ ਸੁਥਰੀ। ਅਤੇ ਦਿਨ ਵੀਰੇ 8 ਕਰਦੇ ਹਲੇ ਹੈ ਨਾ? ਹਾਂ, 8-10 ਦਿਨ ਦਾ ਜੀ। ਭਾਅ ਇਹਦਾ ਕੀ ਰੱਖਿਆ? ਜਾਇਜ਼ ਗੱਲ ਆ ਜਮਾਂ ਨਾ, ਕੋਈ ਨਹੀਂ ਗੱਲ, ਲੱਖ ਮੰਗ ਲਿਆ 10 ਮੰਗ ਲਿਆ, ਵੇਚਣ ਜਿਹੜਾ ਸੌਦੇ ਆ ਜਮਾਂ ਤੇਰੇ। ਅਤੇ ਸੀਮਨ ਵਗੈਰਾ ਤਾਂ ਨਹੀਂ ਪਤਾ ਕਰਿਆ ਕੋਈ? ਫਿਰ ਜੇ ਨਾ ਲੈ ਤਾਂ ਹੁੰਦਾ ਕੁਛ, ਫਿਰ ਤੂੰ ਲੱਖ ਮੰਗਣਾ ਸੀ ਜੇ ਵੀ ਸਪਰੇ ਪਰਾਠੇਪਰ ਹੁੰਦਾ ਹੈ ਨਾ। ਸੋ ਫਿਰ ਜਾਇਜ਼ ਗੱਲ ਆ, ਕਹਿੰਦੇ ਬਸ ਨਫ਼ਾ ਲੈਣਾ 85,000 ਚੋਂ ਮਾਨਤਾਣ ਹੋ ਜੂ। ਅਤੇ ਲੇਵਾ ਦੇਖੋ ਅੱਗੇ ਪਿੱਛੇ ਦਾ, ਬਿਲਕੁਲ ਫਿਟਿੰਗ ਵਾਲਾ ਲੇਵਾ, ਹਲੇ ਘਰੂਟ ਭਰਿਆ ਜਾਂਦਾ, ਜਿੱਦੇ ਬੈਠ ਤਿਆਰੀ 'ਚ ਹੋਵੇ ਤਾਂ ਲੱਖ ਵੀ ਭਾਅ ਦਾ ਸੂਟ ਕਰਦਾ ਸੀ, ਪਰ ਵੀਰ ਕਹਿੰਦਾ 85 ਹੀ ਮੰਗਣਾ, ਕਿਉਂਕਿ ਆਪ ਨੂੰ ਭਾਅ 'ਚ ਲਿਆਂਦੀ ਵੀ ਆ। ਅੱਗੇ 2 ਨੰਬਰ ਦੀ ਗੱਲ ਕਰੀਏ ਆਪਾਂ, ਇਹ ਕੈਕ ਦਿਨ ਲੈਂਦੀ ਹੈ ਜੀ? 10 ਦਿਨ ਅਜੇ ਸੂਣ 'ਚ ਬਾਕੀ ਆ। ਇਹ ਤਾਂ ਆਪਾਂ ਨੂੰ ਕੀ ਅੰਦਾਜ਼ਾ ਦੁੱਧ ਵਾਲਾ? 24 ਕਿਲੋ। ਅਤੇ ਇਸ ਵਾਰ ਅੰਦਾਜ਼ਾ ਲਾਈਏ ਵੀ ਕਿੰਨਾ ਪਾ ਦੂਗੀ? 28-30। ਦੰਦੋ ਜਵਾਨ ਹੋ ਗਈ? ਇਹਦਾ ਭਾਅ ਕੀ ਆ? ਗੁੰਜਾਇਸ਼ ਹੋ ਜੂਗੀ ਧੋਰੀ ਵਾਰ ਨੂੰ? ਸੋ ਵੀਰੋ 97,000 ਰੁਪਏ ਕੀਮਤ ਆ। ਸੋ ਵੀਰੋ ਕੱਦ ਕਾਠ ਵਗੈਰਾ ਅਤੇ ਪ੍ਰਿੰਟ ਪ੍ਰੁੰਟ ਬੱਚੇ ਦੇਖ ਸਕਦੇ, ਅੱਖਰ ਵਗੈਰਾ ਬਹੁਤ ਚੰਗੇ ਆ। ਰਾਜੀ ਸਮੀ ਬਲੀ ਵੀ ਫੁੱਲ ਬਰੀਡ ਦੇ ਵਿੱਚ ਆ, ਜੈਨੂਅਨ ਦੂਜਾ ਸੂਆ ਸੁਣਦੀ ਪਈ ਆ। ਕੀਮਤ ਇਹਦੀ ਹੈਗੀ ਆ 97,000 ਰੁਪਇਆ 97,000। ਅਤੇ ਮੂੰਹ ਮੱਥਾ ਦੇਖੋ, ਕਿਸੇ ਪਾਸਿਓ ਲਿੱਸੀ ਨਹੀਂ, ਕੋਈ ਹੱਥ ਧਰਾ ਨਹੀਂ ਕਿਸੇ ਪਾਸਿਓ, ਬਿਲਕੁਲ ਛਿੱਲੇ ਵੇ ਆਂਡੇ ਵਰਗੀ ਪਈ ਆ। ਦੂਜਾ ਸੂਆ ਜੈਨੂਅਨ ਸੁਣਦੀ ਪਈ ਆ, 30 ਕਿਲੋ ਦੇ ਨੀਅਰ ਅਬਾਊਟ ਗਰਮੀ ਦੇ ਹਿਸਾਬ ਨਾਲ ਆਪਾਂ ਅੰਦਾਜ਼ਾ ਇਸ ਤੋਂ 27-28 ਕਿਲੋ ਦੁੱਧ ਦਾ ਅੰਦਾਜ਼ਾ ਲਾ ਕੇ ਚੱਲ ਸਕਦੇ ਕਿ ਇੰਨਾ ਮੰਨ ਕੇ ਤੁਸੀਂ ਇਹਨੂੰ ਖਰੀਦਦਾਰੀ ਕਰ ਸਕਦੇ ਹੋ। ਸੋ ਥਣ ਦੇਖੋ, ਚਾਹੇ ਆਪਾਂ ਮਸ਼ੀਨੀ ਚੋਈ ਕਰ ਲਈਏ ਅਤੇ ਚਾਹੇ ਹੱਥੀ, ਅਤੇ ਚੀਪਾ ਚੂਪਾ ਵੀਰੇ ਥਣ ਚਾਰੇ ਓਕੇ ਜਮਾਂ, ਚਾਹੇ ਕੋਈ ਔਨਲਾਈਨ ਮੰਗਾ ਲਏ, ਕੋਈ ਲਾਂਭਾ ਤਾਂ ਨਹੀਂ ਦਊਗਾ। ਅੱਗੇ 3 ਨੰਬਰ ਜਿਹੜੀ ਵੈੜ ਦੇਖਦੇ ਹਾਂ, ਅਤੇ ਜਿਹੜੀ 3 ਨੰਬਰ ਆਪਾਂ ਬੱਚੀ ਦੇਖਦੇ ਹਾਂ, ਇਹ ਸੂਈਆ ਪਲੂਣ ਹੈ ਨਾ, ਇਹ ਦੰਦੋ ਕਿਵੇਂ ਫਿਰ? ਦੰਦੋ ਜਵਾਨ ਬੱਚਾ ਇਹਨੇ ਕੀ ਦੇਤਾ? ਜਰਸੀ 'ਚ। ਸੋ ਵੀਰੋ ਬੱਚੀ ਦੇਖੋ ਪਿੱਛੇ ਕਿਆ ਬਾਤਾਂ,
ਤੇ HF ਦੇ ਪੇਟੋਂ ਜਰਸੀ ਪੈਦਾ ਹੋਈ ਵਾ ਕੌਫੀ ਕਲਰ ਦੀ। ਜਿਹੜੇ ਵੀਰ ਕਹਿੰਦੇ ਕਿ ਜਰਸੀ ਤਿਆਰ ਕਰਨੀ ਆਪਾਂ ਚੰਗੇ ਦੁੱਧ ਵਾਲੀ, ਇਹ ਤਿਆਰ ਹੋ ਕੇ ਹੋ ਗਈ HF ਦੇ ਪੇਟੋਂ ਪੈਦਾ ਹੋਈ ਆ ਇਹ। ਤੇ ਕਿਵੇਂ ਦੇ ਰਹੋਗੇ ਸੂਈ ਨੂੰ ਅੱਜ? ਜੀਆਰ ਜੂਰ ਜਮਾਂ ਡਾਨਾ ਤੇ ਬੋਲੇ ਤੋਂ ਸਾਫ਼ ਕਰਦੇ ਜਮਾਂ ਇਹਨੂੰ। ਹੁਣ ਸ਼ਾਮ ਦਾ ਟਾਈਮ ਆ, ਚਵਾਈ ਆਪਾਂ ਇਹਦੀ ਕਰ ਲਈ ਹੈ ਹਨਾ। ਕਿੰਨਾ ਕੁ ਟਾਈਮ ਦਾ ਪਰ ਟਾਈਮ ਦਾ ਦੁੱਧ ਹਾਜ਼ਰ ਆ ਥੱਲੇ ਦੇ? ਮੰਨ ਕੇ ਚੱਲੀਏ 8 ਕੁ ਲੀਟਰ ਟਾਈਮ ਦਾ ਮਿਲਣ ਵਾਲਾ ਥੱਲੇ ਹੈਗਾ। ਤੇ ਅੰਦਾਜ਼ਾ ਆਪਾਂ ਨੂੰ ਕੀ ਆ ਵੀ ਕਿੰਨਾ ਕੁ ਦੁੱਧ ਪਾ ਦੂਗੀ ਇਹ? 20 ਤੋਂ ਪਾਰ। ਮੰਨ ਕੇ ਚੱਲੀਏ 21/20 ਮੰਨ ਕੇ ਵੇਚ ਸਕ ਲੈ ਬੰਦਾ। ਸੋ ਵੀਰੋ 16-17 ਲੀਟਰ ਦੀ ਬੋਲੀ ਆ ਤੇ ਲੇਵਾ ਦੇਖੋ ਪੂਰਾ ਫਿਟਿੰਗ ਵਾਲਾ। ਬਾਕੀ ਜਿਹੜਾ ਪਿੱਛੇ ਬੱਚਾ ਬੱਚੀ ਇਹਦੇ ਪਿੱਛੇ ਦਾ ਕੋਈ ਮੁੱਲ ਨਹੀਂ, ਅਣਮੁੱਲਾ ਬੱਚਾ ਜਿਵੇਂ ਇੱਦਾਂ 10-10 ਦੇ ਬੱਚੇ ਵੇਖ ਜਾਂਦੇ ਆ ਧੋਰੀ ਭਰਾ ਨੂੰ। ਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ? ਇਹਦਾ 82,000 ਗੁੰਜਾਇਸ਼ ਹੋ ਜੂਗੀ। ਸੋ ਵੀਰੋ 82,000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ, ਇਹਦੇ ਵਿੱਚੋਂ ਗੁੰਜਾਇਸ਼ ਹੋਜੂ। ਤੇ ਥਣ ਵਗੈਰਾ ਚਾਰੇ ਬਿਲਕੁਲ ਓਕੇ ਜਮਾਂ। ਸੋ ਦੇਖੋ ਕਦਕਾਠ ਵਗੈਰਾ ਤੇ ਬਾਕੀ ਥਣ ਲੇਵਾ ਨੇੜੇ ਤੋਂ ਦੇਖ ਸਕਦੇ ਹੋ, ਚਾਰੇ ਥਣ ਨਿਖੜਵੇ ਸਾਫ਼ ਸੁਥਰੇ ਵਿੱਥੀ ਤੇ, ਚਾਹੇ ਮਸ਼ੀਨੀ ਚਾਹੇ ਹੱਥੀ ਚਵਾਈ ਕਰ ਲਈਏ। ਬੱਚਾ ਇਹਨੇ ਪਾਈ ਆ ਫੀਮੇਲ ਕਾਫ ਬੱਚੀ, ਦੇਖੋ ਕਿਆ ਬਾਤ ਆ, ਬਹੁਤ ਪਿਆਰੀ ਜਰਸੀ ਦੇ ਵਿੱਚ ਬੱਚੀ ਆ। ਤੇ 82,000 ਰੁਪਇਆ ਕੀਮਤ ਆ, 20 ਕਿਲੋ ਦਾ ਭਾਰ ਚੱਲੂਗੀ, ਪਰ 20 ਮੰਨ ਕੇ ਲੈ ਲਿਓ ਕਿਉਂਕਿ ਪਲੂਣ ਬੱਚੀ ਸੂਈ ਆ ਇਹ। ਦੂਜੇ ਸੂਈ ਨੂੰ ਪਤਾ ਵੀ ਆਪਾਂ ਨੂੰ ਚੰਗਾ ਦੁੱਧ ਪਾ ਦਿੰਦੀ ਆ ਜਾ ਕੇ, ਅਤੇ ਕੀਮਤ ਜੈਨੂਨ ਜੀ ਇਹਦੀ ਸਾਫ਼ ਸੁਥਰੀ 82,000 ਰੁਪਏ ਸਿਰਫ ਇਹਦੀ। ਅਤੇ ਵੀਰ ਤੀਜੇ ਨੰਬਰ ਆਪਾਂ ਜਿਹੜੀ ਜਰਸੀ ਬੱਚਾ ਦੇਖੀ ਜਾਂਦੇ ਹਾਂ, ਇਹ ਕਿਹੜਾ ਸੂਆ ਸੁਣਦੀ ਆ? ਅਤੇ ਦੰਦ ਇਹਨੇ ਇੱਕ ਹਾਲੇ ਕੱਢਦੀ ਆ ਹਨਾ, ਮੂੰਹ ਪੱਟੀ ਮਾੜਾ ਜਿਹਾ। ਸੋ ਵੀਰੋ ਖੀਰੇ ਦੰਦ ਇਹਨੇ ਤੋੜਿਆ ਦੁੱਧ ਦੰਦ, ਅਤੇ ਦੋਗਲਾ ਦੰਦ ਇੱਕ ਕੱਢਿਆ ਇਹਨੇ ਹਜੇ, ਆਹ ਦੇਖੋ। ਦੂਜਾ ਨਾ ਤਾਂ ਤੋੜਿਆ ਨਾ ਹਾਲੇ ਕੱਢਿਆ ਹਨਾ, ਦੂਜਾ ਬਸ ਤਿਆਰੀ ਜਾ ਕੱਢਣ ਦੀ ਜਾ। ਮੰਨ ਕੇ ਚੱਲੀਏ ਏਜ ਇਹਦੀ 25 ਮਹੀਨੇ ਏਜ ਹੋਊ ਹਨਾ। ਸੋ ਵੀਰੋ ਇਹ ਆ ਜਿਹੜੇ 25-25 ਮਹੀਨਿਆਂ ਦੇ ਬੱਚੇ ਤਿਆਰ ਹੋ ਜਾਂਦੇ, ਕਿਹੜੇ ਸੀਜ਼ਨ ਦੀ ਆਪ ਆ ਵੀਰੇ? 50-60 ਦੀ ਆਪ ਆ, ਅਤੇ ਅੱਗੇ ਕਿਹੜਾ ਲੱਗਿਆ ਵੇ? ਅੱਛਾ ਮੇਟੀਆ ਸੀਮਨ ਦੱਸਿਆ ਬੰਦਿਆਂ ਨੇ ਆਪਾਂ ਨੂੰ ਜਿਹੜਾ ਲੱਗਿਆ ਵੇ ਇਹਦੇ। ਅਤੇ ਇਹਦੀ ਮਾਂ ਦਾ ਰਿਕਾਰਡ ਵਗੈਰਾ ਕੁਝ ਦੱਸਿਆ? ਅਤੇ ਇਹਦੀ ਮਾਂ ਦਾ ਰਿਕਾਰਡ ਵਗੈਰਾ ਦੱਸਿਆ ਬੰਦਿਆਂ ਨੇ ਵੀ ਆਪਾਂ ਨੂੰ? ਇਹਦੀ ਮਾਂ ਦਾ 28 ਕਿਲੋ ਦੁੱਧ ਦਿੱਤਾ ਵੀ। ਠੀਕ ਹੈ, ਇਹ ਤੋਂ ਫਿਰ ਆਪਾਂ ਅੰਦਾਜ਼ਾ ਲਾ ਸਕੇ ਜਿਹੜੇ ਹਿਸਾਬ ਨਾਲ ਸੀਮਨ ਵਗੈਰਾ ਬੂਥੀ ਬਾਥੀ ਜਾਤ ਜੂਤ ਪੂਰੀ ਬਰੀਡ ਦੇ ਵਿੱਚ ਆ, ਵੀ ਤਜਰਬੇ ਦੇ ਹਿਸਾਬ ਨਾਲ ਤਾਂ ਊਂ ਵੈਸੇ ਕਿੰਨਾ ਕੁ ਦੁੱਧ ਉਮੀਦ ਲਾ ਕੇ ਚੱਲੇ ਬੰਦੇ ਤੋਂ? 20-22 ਕਿਲੋ ਦੁੱਧ ਮੰਨ ਕੇ ਚੱਲੇ ਵੀ 20 ਤੋਂ ਪਾਰ ਪਾਰ ਵਾਲੀ ਹੈਗੀ ਆ। ਅਤੇ ਨੈੱਟ ਜੇ ਦਿਨ ਕਿੰਨੇ ਪਏ ਸੂਣ ਜਿਹਦੇ ਹਾਲੇ? ਸੋਲਾਂ ਸਤਾਰਾਂ ਦੇ ਸੂਣ 'ਚ ਬਾਕੀ ਪਿਆ। ਸੋ ਮੰਨ ਕੇ ਚਲੋ ਹਾਲੇ ਜਿਵੇਂ ਕਹਿੰਦੇ ਸਿਰ 'ਚ ਪੂਣੀ ਕੱਤੀ ਆ, ਉਹ ਕੱਤੀ ਆ ਇਹ ਇਕੱਲੀ ਹੈ ਨਾ। ਅਤੇ ਭਾਵ ਯਾਰ ਫਿਰ ਇਹਦਾ ਹਜੇ ਕੱਚੀ ਆ ਹੈ ਨਾ, ਢੋਰੀ ਬਾਹਰ ਨੂੰ ਇਹਨੂੰ। ਸੋ ਫਿਰ ਜਮਾਂ ਮੰਨ ਕੇ ਚਲੋ ਜਿਵੇਂ ਕਮਾਦ ਦੇ ਹਾਲੇ ਅੱਖਾਂ 'ਚ ਫੁੱਟਦੀਆਂ ਹੁੰਦੀਆਂ ਹਾਲੇ ਤਾਂ ਉਹ ਚੀਜ਼ ਆ, ਇਹਨੇ ਸਿੱਬੀਓ ਸੱਪ ਬਣ ਜਾਣਾ ਕਹਿੰਦੇ ਖਾ ਕੇ ਮਾਲ ਪਰਾਇਆ। ਅਤੇ ਬਾਕੀ ਟੋਆ ਢਾ ਦੇਖੋ ਇਹਨੂੰ ਕਹਿੰਦੇ ਜਿਹੜੀ ਕੌਲੀ 'ਚ ਪਾਣੀ ਪੀਂਦੀ ਆ, ਪੂਰੀ ਜ਼ਿਆਦੇ ਜਿੰਦ ਜਾਣ ਬਰੀਡ ਵਾਲੀ ਜਮਾਂ। ਜਿਹੜਾ ਵੀਰ ਲੈ ਗਿਆ ਅਤੇ ਮੰਨ ਕੇ ਚਲੋ ਉਹ ਦੂਜੇ ਲੜਨਗੇ ਵੀ ਅਸੀਂ ਰਹਿ ਗਏ, ਅਤੇ ਪੂਰੀ ਫੁੱਲ ਜ਼ਿਆਦੇ ਬਰੀਡ ਵਾਲੀ। ਕਿਉਂਕਿ ਵੀਡੀਓ ਤਾਂ ਆਪਾਂ ਡੇਲੀ ਕਵਰ ਕਰਦੇ, ਪਰ ਮੰਨ ਕੇ ਚਲੋ ਵੀ ਨਗੀਨਾ ਜਿਵੇਂ ਕਹਿੰਦੇ ਪੁੰਨਿਆ ਮਹੀਨੇ ਬਾਅਦ ਆਉਂਦੀ ਆ, ਉਹ ਚੀਜ਼ ਆ ਮਹੀਨੇ 'ਚ ਇੱਕ ਅੱਧੀ ਆਉਂਦੀ ਆ। ਕਹਿੰਦੇ ਨਗੀਨਾ ਸਾਫ਼ ਸੁਥਰਾ, ਪਹਿਲਾ ਸੂਆ ਪਲੂਣ ਸੁਣਦੀ ਪਈ ਆ, 50-60 ਬਾਹਰ ਦੀ ਵੀਰ ਕਹਿੰਦਾ ਆਪ ਆ। ਅਤੇ ਬਾਕੀ ਅੱਗੇ ਅਮੇਟੀ ਖੜੀ ਕਿਹੜਾ ਉਹ ਸੀਮਨ ਇਹਦੇ ਲੱਗਿਆ, ਤੁਹਾਨੂੰ ਵੀਰ ਕਨਫਰਮ ਕਰ ਦੂ ਕਿਹੜਾ ਲੱਗਿਆ ਵਾ। ਅਤੇ ਬਾਕੀ ਇਹਦੇ ਆਹ ਦੇਖੋ ਹਵਾਨਾ ਵਗੈਰਾ ਬਿਲਕੁਲ ਗੁਲਾਬੀ ਸਾਫ਼ ਸੁਥਰੀ, ਅਤੇ ਬੂਥੀ ਵਗੈਰਾ ਦੇਖੋ। ਜਿਹੜੇ ਮੇਨ ਗੱਲ ਪੁਆਇੰਟ ਇਹਦਾ ਹੁੰਦਾ ਫੇਸ ਕੁਆਲਿਟੀ ਦਾ, ਪੂਰੀ ਸਾਫ਼ ਸੁਥਰੀ। ਅਤੇ ਵੀਰੇ ਨੰਬਰ ਬੋਲ ਦੀ ਆਪਣਾ 84-278-42-251। ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਇਸ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਸੋ ਵੀਰੋ ਲੇਵਾ ਵਗੈਰਾ ਦੇਖੋ ਨੇੜੇ ਤੋਂ, ਪੂਰਾ ਸੋਹਣਾ ਸਾਫ਼ ਸੁਥਰਾ ਫਿਟਿੰਗ ਵਾਲਾ ਲੇਵਾ। ਸੋ ਜਿਹੜੇ ਵੀਰ ਨੇ ਇਹ ਤੋਂ ਬਰੀਡ ਤਿਆਰ ਕਰਨੀ ਹੈ, ਚੰਗੀ ਤੁਸੀਂ ਬਰੀਡ ਤਿਆਰ ਕਰ ਸਕਦੇ ਹੋ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ, ਵੀਡੀਓ ਦੇਖ ਕੇ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀ।